ਆਸ ਹੈ ਜਿਹੜਾ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਜਦੋਂ ਬਲੀ ਕੰਧਾਰ ਹੈ ਜਿਹੜਾ ਉਹਨੇ ਪਾਣੀ ਜਿਹੜਾ ਉਹ ਰੋਕਿਆ ਗਿਆ ਸੀ, ਦੇਖੋ ਇਹ ਪੱਥਰ ਹੈ, ਇਹਦੀ ਇਹ ਖਾਸੀਅਤ ਹੈ ਕਿ ਹਰ ਕਿਸੇ ਦਾ ਜਿਹੜਾ ਹੱਥ ਹੈ ਇਸ ਸਾਈ ਦੇ ਵਿੱਚ ਸਮਾ ਜਾਂਦਾ। ਇਹ ਵਾਹਿਗੁਰੂ ਦੀ ਕਿਰਪਾ ਹੀ ਹੈ, ਜਿਹੜਾ ਵੀ ਪੱਥਰ ਜਿਹੜਾ ਕਾਫੀ ਸੌਫਟ ਹੈ, ਕਿਉਂਕਿ ਬਲੀ ਕੰਧਾਰ ਹੈ ਜਿਹੜਾ ਉਹਨੇ ਪਾਣੀ ਰੋਕਿਆ ਹੋਇਆ ਸੀ ਉਸ ਸਮੇਂ। ਅਤੇ ਜਿਹੜੀਆਂ ਸੰਗਤਾਂ ਨੇ ਬਾਬਾ ਨਾਨਕ ਜੀ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਪਾਣੀ ਦੀ ਸਮੱਸਿਆ ਉਹ ਹੱਲ ਕੀਤੀ ਜਾਵੇ, ਪਰ ਜਿਹੜਾ ਬਲੀ ਕੰਧਾਰ ਹੈ ਬੜਾ ਹੰਕਾਰੀ ਬੰਦਾ ਸੀਗਾ, ਭਾਈ ਮਰਦਾਨਾ ਜੀ ਨੂੰ ਬਾਬਾ ਨਾਨਕ ਜੀ ਨੇ ਦੋ ਵਾਰ ਭੇਜਿਆ ਅਤੇ ਉਹਨਾਂ ਨੂੰ ਵੀ ਅਪਸ਼ਬਦ ਬੋਲੇ ਹੈ। ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੱਥਰ ਇਹ ਉੱਪਰੋਂ ਦੀ ਢੋਇਆ ਅਤੇ ਬਾਬਾ ਨਾਨਕ ਜੀ ਹੱਥ ਲਗਾ ਕੇ ਰੋਕ ਦਿੱਤਾ, ਕਿਉਂ ਇਹ ਬਾਬੇ ਦੀ ਕਿਰਪਾ। ਕਿਸੇ ਟਾਈਮ ਇੱਥੇ ਪਾਣੀ ਦੀ ਸਮੱਸਿਆ ਸੀਗੀ, ਅੱਜ ਤੁਸੀਂ ਦੇਖ ਸਕਦੇ ਹੋ ਕਿ ਸਰੋਵਰ ਪਾਣੀ ਦੇ ਨਾਲ ਭਰਿਆ ਹੋਇਆ। ਅੱਜ ਇੱਥੇ ਪਾਣੀ ਦੀ ਕੋਈ ਸਮੱਸਿਆ ਨਹੀਂ, ਪਹਿਲੇ ਜ਼ਮਾਨੇ ਦੇ ਵਿੱਚ ਇੱਥੇ ਪਾਣੀ ਨਹੀਂ ਸੀਗਾ, ਪਰ ਬਾਬਾ ਨਾਨਕ ਦੀ ਕਿਰਪਾ ਦੇ ਨਾਲ ਦੇਖੋ ਤੁਸੀਂ ਵੀ ਜਿਹੜਾ ਸਰੋਵਰ ਹੈ ਇਸ ਟਾਈਮ ਪਾਣੀ ਦੇ ਨਾਲ ਪੂਰਾ ਭਰਿਆ ਹੋਇਆ। ਸੋ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਆਓ ਅਤੇ ਦਰਸ਼ਨ ਕਰੋ, ਬਹੁਤ ਹੀ